नाम खुदाया
Farida geri dönmüş akri. ਕੋਈ
ਲੋਕ ਦੁਨੀਆਂ ਛੱਡਣ ਲਈ ਤਿਆਰ ਹੈ। ਗੱਲਾਂ ਵਾਲੇ ਹੈਂਡ ਕਣੇ ਛੱਡ ਨਾ ਸਕਾ ਕੋਈ, ਗੱਲਾਂ ਨਾਲ ਦੁਨੀਆ ਬਾੜੀ ਦੂ ਛੱਡਣ ਲਈ ਤਿਆਰ ਨਹੀਂ। ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਹਾਲਤ ਮਨੁੱਖ ਦੀ ਕੀ ਹੋ ਗਈ, ਮਿੱਠਾ ਚੰਗਾ ਲੱਗਦਾ ਹੁੰਦੇ ਤੇ ਬਹਿ ਜਾਂਦੇ, ਲੱਤਾਂ ਗਿੱਲੇ ਗੁੜ ਵਿੱਚ ਫਸ ਜਾਂਦੀਆਂ, ਗਿੱਲੀ ਗਿੱਲੀ ਰੋਡੜੀ ਭੰਦੀ ਭਾਉ ਭਰੇ ਆਏ ਜੋ ਬੈਠੇ ਸਿਫਾ ਥਿਆ, ਗੁੜ ਦੀ ਰੋੜੀ ਗਿੱਲੀ ਸੀ ਉਹਦੇ ਤੇ ਉੱਡਦੀ ਉੱਡਦੀ ਮੱਖੀ ਆ ਕੇ ਬਹਿ ਗਈ, ਜਿਹੜੀ ਬਹਿ ਗਈ ਫਸ ਗਈ। ਫਿਰ ਗੱਲਾਂ ਵਾਲੇ ਹੈਂ ਘਨੇਰੇ ਛੱਡ ਨਾ ਸਕਦੇ ਕੋਈ, ਫਸ ਗਏ। ਕਹਿੰਦੇ ਨੇ ਮਨੁੱਖ ਦੀ ਹਾਲਤ ਵੀ ਇਹੋ ਜਿਹੀ, ਮੱਖੀ ਪਿੱਠੇ ਮਰਨਾ ਛੱਡ ਨਹੀਂ ਸਕਦਾ, ਕਿਉਂ? ਕਿਉਂਕਿ ਇਹਦੇ ਉੱਪਰ ਮਿਠਾਸ ਹੈ, ਅੰਦਰ ਜਿਹੜੀ ਮੌਤ ਹੈ ਉਹ ਦੋ ਚੀਜ਼ਾਂ ਦਾ ਆਪਸੀ ਪਛਾਣ ਦਾ ਮਸਲਾ ਹੈ, ਦੋਵਾਂ ਚੀਜ਼ਾਂ ਦਾ ਫਰਕ ਹੈ। ਗੁਰਬਾਣੀ ਦੀ ਅੰਦਰ ਇੱਕ ਤੁੱਕ ਆਈ ਸੀ, ਉਹਦੇ ਦੋ ਲਫ਼ਜ਼ ਨੇ, ਉਹਨਾਂ ਨੂੰ ਮੈਂ ਵਿਚਾਰਨਾ ਚਾਹੁੰਦਾ ਤੇ ਦੁਨੀਆਂ ਦੇ ਸੰਬੰਧ ਵਿੱਚ ਕਹਿੰਦੇ ਨੇ, ਦੋ ਲਫ਼ਜ਼ ਨੇ ਖੋਟੀ ਤੇ ਰਾਸ। ਖੋਟੀ ਕਿਸ ਨੂੰ ਕਹਿੰਦੇ? ਹਰ ਚੀਜ਼ ਖੋਟੀ ਉਹ ਹੁੰਦੀ ਹੈ ਜਿਹੜੀ ਬਾਹਰੋਂ ਕੁਝ ਹੋਰ ਦਿਸੇ ਤੇ ਅੰਦਰੋਂ ਹੋਰ ਹੋਵੇ, ਉਹਨੂੰ ਖੋਟ ਕਹਿੰਦੇ। ਖੋਟ ਹਮੇਸ਼ਾ ਅੰਦਰ ਪਾਈ ਜਾਂਦੀ ਹੈ, ਸੋਨੇ ਨੂੰ ਪਰਖਣ ਵਾਲਾ ਆਖਦਾ ਨਾ ਦੇ ਅੰਦਰ ਖੋਟ ਹੈ, ਸੋਨੇ ਵਿੱਚ ਖੋਟ ਹੈ, ਵਿੱਚ ਖੋਟ ਹੈ। ਜਿਹੜੀ ਬਾਹਰ ਹੋਰ ਦਿਸੇ ਤੇ ਅੰਦਰੋਂ ਹੋਰ ਹੋਵੇ ਉਹਨੂੰ ਖੋਟੀ ਆਖਦੇ। ਤੇ ਦੁਨੀਆਂ ਵਾਸਤੇ ਖੋਟੀ ਲਫ਼ਜ਼ ਵਰਤਿਆ ਗਿਆ ਕਿਉਂਕਿ ਬਾਹਰ ਹੋਰ ਦਿਸਦੀ ਅੰਦਰੋਂ ਹੋਰ ਹੈ। ਅੱਜ ਦਾ ਸ਼ਬਦ ਇਹਦੀ ਪਹਿਲੀ ਲਾਈਨ ਦੇਖੋ, ਦੁਨੀਆਂ ਹੈ ਕਿ ਚਿਲਮਿਲ ਬਸਿਆਰ, ਚਿਲਮਿਲ ਦਾ ਅਰਥ ਹੈ ਜਿਹੜੀ ਆਕਾਸ਼ ਤੇ ਬਿਜਲੀ ਚਮਕਦੀ, ਕਿੱਡੀ ਚਮਕ ਹੁੰਦੀ ਹੈ। ਇੱਕ ਵਾਰ ਅੱਜ ਕੀਤੀ ਸੀ, ਬਹੁਤ ਦਿਲ ਹੋਈ ਕਿ ਉਹ ਲੱਕੜਾਂ ਦੀ ਅੱਗ ਨਹੀਂ, ਆਕਾਸ਼ ਤੇ ਜਾ ਕੇ ਕੋਈ ਲੱਕੜਾਂ ਥੋੜਾ ਪਾਲਦਾ ਹੈ, ਜਿਹੜੀ ਲੱਕੜਾਂ ਦੀ ਅੱਗ ਹੈ ਨਾ ਉਹ ਬਾਲਣੀ ਪੈਂਦੀ, ਆਪੇ ਨਹੀਂ ਬਲਦੀ। ਹਰ ਲੱਕੜ ਦੇ ਵਿੱਚ ਅੱਗ ਹੈ, ਸਗਲ ਬਨਸਪਤ ਮੈਂ ਬਸੰਤਰ, ਇਸ ਦਾ ਅਰਥ ਹੈ ਹਰ ਬਨਸਪਤੀ ਭਾਵ ਲੱਕੜੀ ਦੇ ਅੰਦਰ ਬਸੰਤਰ ਅੱਗ ਹੈ। ਰਾਫੀ ਥੋੜ੍ਹੀ ਲੱਗਣੀ,
ਆਪੇ ਤਾਂ ਕੇਵਲ ਵਾਸ ਨੂੰ ਲੱਗਣ, ਉਹ ਵੀ ਆਪਸ ਵਿੱਚ ਟਕਰਾ ਕੇ ਐਵੇਂ ਆ ਲੱਕੜ ਦੇ ਘਰ ਬਣੇ ਹੋਏ ਨੇ, ਇਹਨਾਂ ਦੇ ਅੰਦਰ ਵੀ ਅੱਗ ਹੈ, ਲੱਕੜ ਤਾਂ ਅੱਗ ਪਰ ਵੈਰੂ ਨਾ ਕਰੇ ਜੇ ਕਦੀ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ, ਕਦੀ ਤਫਤੀਸ਼ ਕਰਨ ਵਾਲੇ ਨੇ ਇਹ ਆਖਿਆ, ਇਹ ਕਹਿੰਦੇ ਨੇ ਨਾ ਅੱਗ ਦੱਸੋ ਪਤਾ ਲੱਗੋ ਕਿਵੇਂ ਲਾਈ, ਕਿੰਨੇ ਲਾਈ ਜਾਂ ਕਿਵੇਂ ਲੱਗੀ ਹੈ। ਇਹ ਕੋਈ ਨਹੀਂ ਸੋਚਦਾ ਕਿ ਜਿਸ ਲੱਕੜ ਦੀ ਅੱਗ ਬਣਾਈ ਇਹਦੇ ਅੰਦਰ, ਜਿਸ ਲੱਕੜ ਦਾ ਮਕਾਨ ਬਣਾਇਆ ਇਹਦੇ ਤਾਂ ਅੰਦਰ ਅੱਗ ਹੈ ਹੀ, ਫਿਰ ਉਹਨੂੰ ਤਫਤੀਸ਼ ਕਰਨ ਦੀ ਲੋੜ ਕਿਉਂ ਪੈਂਦੀ, ਕਿਉਂਕਿ ਉਹਨੂੰ ਪਤਾ ਅੰਦਰ ਅੱਗ ਹੈ ਪਰ ਆਪੇ ਨਹੀਂ ਲੱਗਦੀ, ਕਿਸੇ ਨੇ ਕੋਈ ਕਾਰਨ ਜ਼ਰੂਰ ਬਣਿਆ ਲੱਕੜ ਦੀ ਅੱਗ ਆਪੇ ਨਹੀਂ ਲੱਗਦੀ, ਅੰਦਰ ਅੱਗ ਹੈ ਉਹਨੂੰ ਬਲ ਲੱਗਦਾ। ਪਰ ਕਿਹੜੀ ਅਜੀਬ ਗੱਲ ਹੈ, ਅਸਮਾਨ ਦੀ ਬਿਜਲੀ ਹੈ ਉਹ ਵੀ ਅੱਗ ਹੈ, ਬਲਕਿ ਇੰਨੀ ਖਤਰਨਾਕ ਅੱਗ ਹੈ ਜੇ ਉਹ ਅੱਗ ਕਿਸੇ ਘਰ ਤੇ ਡਿੱਗ ਪਵੇ ਪਲਾਂ ਵਿੱਚ ਫਨਾ ਕਰ ਦਿੰਦੀ ਉਹਨੂੰ ਬੁਝਾਉਣ ਵਾਸਤੇ, ਜੇ ਅਸੀਂ ਆਖੀਏ ਕੋਈ ਫਾਇਰ ਬ੍ਰਿਗੇਡ ਵਾਲਾ ਆ ਜਾਏ ਐਡੀ ਜਲਦੀ, ਉਹ ਵੀ ਨਹੀਂ ਕੋਈ ਸਾਥ ਦਿੰਦਾ, ਅਸਮਾਨੀ ਬਿਜਲੀ 'ਚ ਡਿੱਗ ਪਵੇ ਹੈ ਉਹ ਵੀ ਅੱਗ, ਉੱਥੇ ਅੱਗ ਲਾਉਣ ਕੌਣ ਜਾਂਦਾ, ਉੱਥੇ ਲੱਕੜ ਬਾਲਣ ਕੌਣ ਜਾਂਦਾ। ਗੁਰਬਾਣੀ ਨੂੰ ਬੜਾ ਡੀਪਲੀ ਸਮਝਣ ਦਾ ਸਵਾਦ ਆਉਂਦਾ, ਪਰ ਕਿਹੜੀ ਅਜੀਬ ਗੱਲ ਹੈ, ਉਹ ਹੈ ਪਲ ਭਰ ਦੀ ਅੱਗ, ਪਲ ਭਰ ਦੀ ਅੱਗ। ਤੇ ਇਹ ਵੀ ਖਿਆਲ ਕਰਿਓ ਜਿੰਨੀ ਅੱਗ ਹੈ ਉਹ ਮੌਤ ਹੈ ਤੇ ਸਿਰਜਣ ਹੈ, ਦੋਨੋਂ ਚੀਜ਼ਾਂ। ਇਹ ਅਗਲੇ ਹਫਤੇ ਆਪਾਂ ਇਸ ਤੋਂ ਅਗਲਾ ਪੜਾ ਲੈਣਾ, ਦੋ ਚੀਜ਼ਾਂ ਕਿ ਦੁਨੀਆ ਜਿੰਨੀ ਨਿਪਜਦੀ ਹੈ ਨਾ ਵੱਧਦੀ ਫੁੱਲਦੀ ਹੈ, ਉਹ ਵੀ ਅੱਗ ਵਿੱਚ, ਨਿੱਗ ਵਿੱਚ, ਗਰਮੀ ਵਿੱਚ। ਬੱਚੇ ਨੂੰ ਨਿਪਜਣ ਵਾਸਤੇ ਸਭ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਰੱਖਿਆ ਗਿਆ, ਉੱਥੇ ਕੀ ਅਗਨ ਜੈਸੀ ਅਗਨ ਉਧਰ ਨਿੱਗ ਵਿੱਚ ਹਮੇਸ਼ਾ ਚੀਜ਼ ਨਿਪਜਦੀ ਹੈ, ਇੱਕ ਸਾਇੰਸ ਦੀ ਚੀਜ਼। ਨਿੱਗ ਵਿੱਚ ਚੀਜ਼ ਸਿਰਜਦੀ ਹੈ। ਆ ਸਮਰ ਦੇ ਦਿਨਾਂ ਅੰਦਰ ਖੇਤੀਬਾੜੀ ਹੁੰਦੀ ਹੈ, ਬੂਟੇ ਫੁੱਲਦੇ ਨੇ, ਹਰਿਆਵਲ ਹੁੰਦੀ ਹੈ, ਦਰਖਤ ਫੁੱਲ ਜਾਂਦੇ, ਖੇੜਾ ਆ ਜਾਂਦਾ। ਪਰ ਵਿੰਟਰ ਵਿੱਚ ਜਦੋਂ ਬਰਫਾਂ ਪਈਆਂ ਹੋਣ, ਜਦੋਂ ਸਰੋਂ ਪਈ ਹੋਵੇ, ਕਦੇ ਵੇਖਿਆ ਨਹੀਂ ਉਦੋਂ ਵੀ ਕੋਈ ਖੇਤੀਬਾੜੀ ਸਰੋਂ ਵਿੱਚ ਵੀ ਹੁੰਦੀ ਹੋਵੇ। ਗੁਰਬਾਣੀ ਸੱਚ ਹੈ, ਗੁਰਬਾਣੀ ਸੱਚ ਹੈ, ਤੂੰ ਸਮਝਣ ਦੀ ਲੋੜ ਹੈ, ਕਿਉਂਕਿ ਜਿੰਨਾ ਨਿਪਜਣਾ ਹੈ ਓਨਾ ਨਿੱਕ ਵਿੱਚ ਨਿਪਜਣਾ ਹੈ, ਗਰਮੀ ਵਿੱਚ, ਕਿਉਂਕਿ ਸੰਸਾਰ ਤੁਸੀਂ ਇੱਕ ਨਿਪਜਣ ਦਾ ਉਪਜੈ ਨਿਪਜੈ ਨਿਪਜ ਸਮਾਈ ਤੇ ਇਹਦੇ ਵਾਸਤੇ ਆਤਿਸ਼ ਚਾਹੀਦੀ ਸੀ, ਇਸ ਲਈ ਦੁਨੀਆ ਅੱਗ ਬਣਾ ਅੱਗ ਬਣਾ ਰੱਬ ਖੁਨਕ ਹੈ ਪਾਓ ਨਿਰੀ ਬਰਫ ਹੈ, ਪਰ ਉਹ ਕੀ ਹੈ ਸੂਨ ਮੇਰੇ ਕੋਲ, ਜਿੱਥੇ ਕੁਝ ਨਹੀਂ, ਜਿੱਥੇ ਕੁਝ ਹੋਣਾ ਉੱਥੇ ਅੱਗ ਦੀ ਲੋੜ। ਪ੍ਰਭੂ ਨੇ ਮਾਲਕ ਨੇ ਵੀ ਜਦੋਂ ਦੁਨੀਆ ਬਣਾਈ ਆਖਿਆ ਦੁਨੀਆ ਕਿਵੇਂ ਚੱਲਦੀ ਰਹਿ ਸਕੇ, ਇਹ ਨਿਪਜਦੀ ਰਹੇ ਦੁਨੀਆ ਕਿਵੇਂ ਚੱਲਦੀ ਰਹਿ ਸਕੇ, ਉਹਨੇ ਆਖਿਆ ਅੱਗ ਵਿੱਚ, ਇਸ ਲਈ ਆਤਿਸ਼ ਦੁਨੀਆ। ਹੁਣ ਇਹਦੀ ਪਛਾਣ ਜੇ ਕੋਈ ਆਤਿਸ਼ ਕਰਕੇ ਕਰ ਲੈ ਤਾਂ ਫਿਰ ਇਹਦੇ ਪਿੱਛੇ ਛੁਪਿਆ ਹੋਇਆ ਜਿਹੜਾ ਕੰਮ ਹੈ ਉਹ ਕਿਵੇਂ ਪਤਾ ਲੱਗੇ।
कि हर आतिश, हर आतिश जी अग जी उनके धुआं छुपया बैठा दिसदा नहीं, उनके कालक छुपी बैठी है दिसदी नहीं, दिसदी केवल चमक है। जे कभी पतंगे नूं दीवे दी उस लाट विच मौत छुपी हुई दिस पे कभी नेड़े ना जाए, कभी नेड़े ना जाए, ओनू केवल लाट दी चमक ही दिसदी है। उहदे विच छुपी हुई अग ने दिसदी ते उहदा नां ही खोट है जिहड़ी चीज अंदर छुपी बैठी है। परेशानी पैदा होने का कारण है दुनिया है खोटी रास, मनुख नु खोट नु पछाणने की शक्ति नहीं। मनुख की हालत यह हो गई है कि खोटे को खरा कहे खरे सार नजर अंदर मौत है छुपया भी बैठा है। जिस दुनिया दुनिया में रहना है उन्होंने पछाण हो गए कि दुनिया किवें है, एक खोटी रास है। अजीब गल है दो लफज इकट्ठे कर दिते, एक तो खोटी जी अंदरों होर बहर हो अंदर कुछ छुपया होया है। आपने इस शब्द की तुक भी आई सी जिंदे च लफज सन चिल मिल बिसियार दुनिया बनी, बड़ी चमकदार बिजली आसमान की पर परा विच बुझ जाण वाली मौत रूप। पर कहते हैं कि एडी बदकिस्मती कलूप अकल मन, मन अकल तो खाली है, कालू अकल मन हो की रहा गोर ना माननी, वो इहदे विच छुपी हुई गोर भाव मौत जिहड़ी है कबर जिहड़ी उहनूं नहीं मान रहा, सिर्फ दुनिया की चमक देख रहा, इहदे विच जिहड़ी मौत छुपी है वो नहीं देख रहा। अलूब अकल मन गोर न मानी, गोर मौत कबर खोटी रास है, अंदरों हो गए बाहर हो गए, छुपा के बैठे। और केडी अजीब गल है रास लफ्ज केडा प्यारा है, क्योंकि रास शक्ति है जिंदे तो बाकी सारा कुछ पैदा होता है। रास मुढ़ली शक्ति है, तुसी कोई दुकान पाउंदे हो ते भी अपनी किन्नी रास है, क्योंकि रास नहीं तरके जाके बदना। मनुख जेड़ा उन्हें इस खोट नू अपने जीवन दी रास बना ले, खोट नू रास बनाई फिर दा करूप अकल मन गोर न मन, दुनिया खोटी रास इंदे विच कुछ छुपया होया। हर एक चीज जीवन संसार दी जिहड़ी उंदे विच कुछ हो रहा है, वो छुपया होया मनुख नहीं परखिया। इहो कारण है कि दुनिया जिहड़ी दी जिहड़ी खोट है मनुख उहदे तो बेपछाण है, ते बेपछाण मनुख जिहड़ा हमेशा दगा करदा है। जवानी केड़ी खूबसूरत, जवानी केड़ी खूबसूरत, पैर जमीन ते नहीं लगते, पब्बों पार हो तुरदा है, मोटे मार मार तुरदा। गुरु ने बाणी विच भी आख दिता कहन लगे दूजे पहरे रहने के बन जा रहा मित्रा पर जवानी लहरी ते बड़ी शक्ति हुंदी है, लहर उठदी है अंदर जवानी ते।
ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਮਨ ਇੰਨੇ ਹੰਕਾਰ ਵਿੱਚ ਰੋਮੇ ਵਿੱਚ ਹੁੰਦਾ ਹੈ ਕਿ ਚੰਗਾ ਮੰਦਾ ਵੀ ਨਹੀਂ ਪਛਾਣਦਾ, ਹਰ ਪਾਸੇ ਮੋਢੇ ਮਾਰ ਮਾਰ ਤੁਰਦਾ, ਇਹ ਕੌਣ ਹੁੰਦਾ ਮੇਰੇ ਰਾਹ ਵਿੱਚ ਖਲੋਣ ਵਾਲਾ। ਕਿਹੜੀ ਚੰਗੀ ਦੁਨੀਆ, ਜਵਾਨੀ ਨੂੰ ਸਜਾ ਸਜਾ ਬਾਹਰ ਨਿਕਲਦੀ, ਜਿੰਨੇ ਸਜਾਵਟ ਦੇ ਸਾਧਨ ਨੇ ਸਾਰੇ ਜਵਾਨੀ ਵਾਸਤੇ ਨੇ, ਬੁਢੇਪੇ ਨੂੰ ਜਿਹੜਾ ਸਜਾਉਂਦਾ ਨਾ ਉਹ ਤਾਂ ਧੋਖਾ ਕਰਦਾ। ਕੌੜੀ ਸੱਚਾਈ ਤੁਹਾਡੇ ਨਾਲ ਸਾਂਝੀ ਕਰੋ, ਆਪਣਾ ਪਰਿਵਾਰ ਇੱਥੇ ਬੈਠ ਕੇ ਸਾਂਝੀ ਕਰੋ। ਅਸਲ ਵਿੱਚ ਸਜਾਉਂਦਾ ਹੈ ਮਨੁੱਖ ਜਵਾਨੀ ਨੂੰ, ਸਜਾਵਟ ਜਿੰਨੀ ਬਣੀ ਜਵਾਨੀ ਲਈ ਹੈ, ਬੁਢੇਪੇ ਲਈ ਨਹੀਂ। ਜਿਹੜਾ ਬੁਢੇਪੇ ਨੂੰ ਜ਼ਿਆਦਾ ਸਜਾ ਸਜਾ ਤੁਰਦਾ ਸਮਝ ਲਓ, ਉਹ ਆਪਣੇ ਨਾਲ ਵੀ ਧੋਖਾ ਕਰਦਾ, ਦੂਜੇ ਨਾਲ ਵੀ ਧੋਖਾ ਕਰਨਾ ਚਾਹੁੰਦਾ ਹੈ। ਜਵਾਨੀ ਨੂੰ ਸਜਾਉਂਦਾ ਪਰ ਉਹਨੂੰ ਇਹ ਪਤਾ ਨਹੀਂ ਕਿ ਜਵਾਨੀ ਦੇ ਅੰਦਰ ਵੀ ਕੁਛ ਛੁਪਿਆ ਹੋਇਆ, ਬੜੀ ਖੂਬਸੂਰਤ ਹੈ। ਬੜੀ ਖੂਬਸੂਰਤ ਹੈ, ਬੜੀ ਚੰਗੀ ਲੱਗਦੀ ਹੈ। ਪਰ ਤੋੜਿਆ ਇੱਕ ਖਿਆਲ ਕਰੀ, ਜਵਾਨੀ ਦੇ ਅੰਦਰ ਵੀ ਕੁਝ ਛੁਪਿਆ ਹੋਇਆ ਹੈ, ਉਹਨੂੰ ਕੀ ਕਹਿੰਦੇ ਨੇ ਬੁਢੇਪਾ। ਉਹ ਕੋਈ ਬਾਹਰ ਥੋੜਾ ਲਿਆਈਦਾ, ਉਹ ਕੋਈ ਬਾਜ਼ਾਰ ਥੋੜਾ ਮਿਲਦਾ, ਉਹਨੂੰ ਕੋਈ ਦੁਨੀਆਂ ਦਾ ਮਨੁੱਖ ਚਾਹੁੰਦਾ ਥੋੜਾ। ਚੜਾ ਨੂੰ ਜੀਵ ਆਇਆ ਆਖੇ, ਉਹਨੂੰ ਕੋਈ ਸੱਦਾ ਥੋੜਾ ਦੇਈਦਾ, ਬਿਲਕੁਲ ਧੱਕੇ ਮਾਰਦੇ। ਪਰ ਧੱਕੇ ਮਾਰ ਕੇ ਤਾਂ ਬਾਹਰ ਉਸੇ ਨੂੰ ਕੱਢਦਾ ਕੱਢੀਦਾ ਜਿਹੜਾ ਅੰਦਰ ਹੋਵੇ, ਜਿਹੜਾ ਪਹਿਲੇ ਹੀ ਬਾਹਰ ਖਲੋਤਾ ਉਹਨੂੰ ਤਾਂ ਫਿਰ ਨਹੀਂ ਮਾਰਨੇ। ਮਨੁੱਖ ਤਾਂ ਜਵਾਨੀ ਬੁਢੇਪੇ ਨੂੰ ਹਰ ਪਲ ਧੱਕੇ ਮਾਰਨ ਦੀ ਕੋਸ਼ਿਸ਼ ਕਰਦੇ, ਪਰ ਧੱਕੇ ਮਾਰਨ ਦੇ ਬਾਵਜੂਦ ਉਹ ਬਾਹਰ ਨਹੀਂ ਨਿਕਲਦਾ। ਕਿਉਂ? ਕਿਉਂਕਿ ਉਹ ਤਾਂ ਅੰਦਰ ਬੈਠਾ। ਬਹਿਸ ਕਰ ਰਿਹਾ ਸਰ, ਬੁਢੇਪਾ ਕੋਈ ਬਾਹਰੋਂ ਨਹੀਂ ਆਇਆ, ਨਾ ਕੋਈ ਬਾਹਰੋਂ ਲਿਆਉਂਦਾ, ਉਹ ਤਾਂ ਜਵਾਨੀ ਦੇ ਅੰਦਰ ਛੁਪਿਆ ਬੈਠਾ ਹੈ। ਜਦੋਂ ਜਵਾਨੀ ਕਮਜ਼ੋਰ ਹੋਈ, ਬੁਢੇਪਾ ਬਲਵਾਨ ਹੋ ਕੇ ਬਾਹਰ ਨਿਕਲ ਪਿਆ। ਧੋਖਾ ਆਈ ਸੀ ਗੁਰਬਾਣੀ ਦੀ ਇੱਕ ਵਾਰ ਕਿ ਜੜ ਆਈ ਜੋ ਬਿਠਾ ਲਿਆ। ਜਦੋਂ ਬੁਢੇਪਾ ਆਇਆ, ਜੱਟ ਕਹਿੰਦੇ ਬੁਢੇਪੇ ਨੂੰ, ਜਦੋਂ ਬੁਢੇਪਾ ਆਇਆ ਜੋਬਨ ਜਵਾਨੀ ਉਹਦੇ ਸਾਹਮਣੇ ਹਾਰ ਗਈ। ਬੁਢੇਪਾ ਆ ਜਾਂਦਾ ਹੈ ਤੇ ਖਿਆਲ ਕਰਿਓ ਉਹ ਬਾਹਰੋਂ ਨਹੀਂ ਆਉਂਦਾ, ਅੰਦਰੋਂ ਹੀ ਪੈਦਾ ਹੋ ਜਾਂਦਾ ਹੈ। ਹਰ ਇੱਕ ਚੰਗੀ ਚੀਜ਼ ਦੇ ਵਿੱਚ ਕੁਝ ਛੁਪਿਆ ਹੋਇਆ, ਜਵਾਨੀ ਵਿੱਚ ਬੁਢੇਪਾ ਛੁਪਿਆ ਹੋਇਆ। ਇਹ ਕਦੀ ਮੁਗਾਲਤੇ ਵਿੱਚ ਨਾ ਰਿਹੋ ਕਿ ਜਵਾਨੀ ਮੇਰੀ ਚੰਗੀ, ਜਿਹਦੇ ਕੋਲ ਜਵਾਨੀ ਨਹੀਂ ਆਈ ਉਹਦੇ ਕੋਲ ਬੁਢੇਪਾ ਵੀ ਨਹੀਂ ਆਇਆ। ਜਿਹੜਾ ਕਦੀ ਜਵਾਨੀ ਨਹੀਂ ਹੋਇਆ ਉਹਨੇ ਬੁੱਢਾ ਕੀ ਹੋਣਾ? ਜੇ ਕੋਈ ਬਚਪਨ ਵਿੱਚ ਹੀ ਚਲਾ ਜਾਏ, ਜਵਾਨ ਹੀ ਨਾ ਹੋਵੇ, ਉਹਨੇ ਬੁੱਢਾ ਥੋੜਾ ਹੋ ਜਾਣਾ। ਜਿਹੜਾ ਕਦੇ ਜਵਾਨ ਨਹੀਂ ਹੋਇਆ ਉਹ ਕਦੇ ਬੁੱਢਾ ਵੀ ਨਹੀਂ ਹੋਇਆ, ਖਿਆਲ ਕਰਿਓ। ਇਸ ਲਈ ਜਵਾਨੀ ਨਾਲ ਬੁਢੇਪਾ ਜੁੜਿਆ ਹੋਇਆ ਹੈ। ਬੁਢੇਪੇ ਦਾ ਅਹਿਸਾਸ ਹੀ ਜਵਾਨੀ ਨੇ ਕਰਾਉਣਾ ਹੈ। ਜਿਹਦੇ ਕੋਲ ਜਵਾਨੀ ਆਉਂਦੀ ਹੈ ਉਹਨੂੰ ਬੁਢੇਪੇ ਦਾ ਅਹਿਸਾਸ ਹੁੰਦਾ ਹੈ, ਆਹ ਬੁਢੇਪਾ ਸੀ, ਆਹ ਜਵਾਨੀ ਸੀ। ਆਉਂਦਾ ਜਾਂਦਾ ਜੋਬਨ ਵਿੱਚ ਜਨਮ ਲੈਂਦਾ। ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ? ਕਹਿਣ ਲੱਗੇ 40 ਸੀ ਪਰ ਹੋਏ 85 ਪਰ ਖਿੱਸੇ। ਜਦੋਂ 50 ਦਾ ਹੋਇਆ ਪੈਰ ਖਿੱਸਣੇ ਸ਼ੁਰੂ ਹੋ ਗਏ, ਜਵਾਨੀ ਕਮਜ਼ੋਰ ਪੈ ਗਈ। ਜ਼ਰਾ ਕਮਜ਼ੋਰ ਪੈਣ ਦੀ ਦਿਲ ਸੀ ਸੱਠੀ ਕੇ ਬੁੜੇ ਪਾਓ। ਸੱਠ ਸਾਲ ਦਾ ਹੋਇਆ ਹੁਣ ਮੰਨਦਾ ਬੁਢੇਪਾ ਆ ਗਿਆ ਹੈ। ਜਿਹੜਾ ਮਨੁੱਖ ਇਹ ਮੰਨ ਨਾ ਲਏ, ਮੰਨੇ ਨਾ,
ਉਹ ਬਦਲਦਾ ਨਹੀਂ। ਬੜੀ ਖੁਸ਼ੀ ਅਜੀਬ ਗੱਲ ਹੈ ਕਿ ਜੀਵਨ ਦੇ ਹਰ ਪਲ ਨਾਲ ਜਿਵੇਂ ਜਿਵੇਂ ਜੀਵਨ ਬਦਲ ਰਿਹਾ, ਬਚਪਨ ਜਵਾਨੀ ਵਿੱਚ, ਜਵਾਨੀ ਬੁਢੇਪੇ ਵਿੱਚ, ਤਿਉਂ ਤਿਉਂ ਮਨੁੱਖ ਦੀਆਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ, ਉਹਦੇ ਤੌਰ ਤਰੀਕੇ ਸਭ ਕੁਝ ਬਦਲ ਰਿਹਾ ਹੈ, ਨਾਲ ਨਾਲ ਬਦਲਦਾ। ਜਿਹੜਾ ਮਨੁੱਖ ਬਦਲਦੇ ਨਾਲ ਬਦਲਦਾ ਨਹੀਂ ਨਾ, ਉਹ ਫੇਲ ਹੋ ਜਾਂਦਾ। ਬਸ ਆਹ ਚਾਲ ਚੀਜ਼ ਦੁਨੀਆਂ ਦੀ ਸਮਝਣ ਵਾਲੀ, ਬਚਪਨੇ ਜਵਾਨੀ ਬਦਲਣਾ, ਜਵਾਨੀ ਦੇ ਬੁਢੇਪੇ ਵਿੱਚ ਬਦਲਣਾ। ਸਰ ਠੀਕ ਹੈ, ਫੈਸਲਾ ਮੇਰਾ ਨਹੀਂ ਬਣੀ। ਜਦੋਂ ਪੰਜਾਬੀ ਤੋਂ ਗਿਆ ਟੁੱਟਿਆ ਪੱਗ ਖਿਸਣੇ ਸ਼ੁਰੂ ਹੋ ਗਏ, ਹੁਣ ਸਰ ਠੀਕ ਹੈ ਬੁਢੇਪਾ ਸੱਠ ਦਾ ਹੋਇਆ, ਬੁਢੇਪਾ ਹੋਇਆ, ਹੁਣ ਤੇਰੀ ਬੋਲੀ ਵੀ ਉਹਨੇ ਬਦਲ ਦੂ, ਹੁਣ ਤੇਰੇ ਹੱਕ ਹਕੂਕ ਵੀ ਉਹਨੇ ਬਦਲਣੇ। ਜਿਸ ਟੌਰ ਨਾਲ ਤੋਂ ਅੱਗੇ ਕਰਦੇ ਜੀਆਂ ਤੇ ਹੁਕਮ ਚਲਾਉਂਦਾ ਸੀ, ਹੁਣ ਨਹੀਂ ਚੱਲਦਾ। ਜੇ ਤੂੰ ਚੱਲਣ ਦੀ ਕੋਸ਼ਿਸ਼ ਕਰੇਗਾ ਸਫਲ ਹੋ ਜਾਏਗਾ, ਬੋਲੀ ਬਦਲ ਲੈ। ਜੇ ਤੂੰ ਪਹਿਲੇ ਦੀ ਤਰ੍ਹਾਂ ਦੌੜਨ ਦੀ ਕੋਸ਼ਿਸ਼ ਕਰੇਗਾ, ਕਦਮ ਡਗਮਗਾ ਜਾਣਗੇ, ਕੁਛ ਏਦਾਂ ਬਚੇਗਾ, ਤੌਰ ਬਦਲ ਲੈ, ਕਿਉਂਕਿ ਜੀਵਨ ਬਦਲ ਰਿਹਾ। ਯੁੱਗ ਜੀ ਦੇ ਅੰਦਰ ਛੁਪਿਆ ਹੋਇਆ ਬਾਹਰ ਆ ਰਿਹਾ, ਦੁਨੀਆਂ ਨੂੰ ਸਮਝਣਾ ਹੈ ਕਿ ਜੀਵਨ ਨੂੰ ਸਮਝਣਾ, ਕਿਉਂਕਿ ਅਸੀਂ ਦੁਨੀਆਂ ਦੇ ਜੀਵਨ ਦਾ ਇੱਕ ਹਿੱਸਾ ਤੇ ਜੀਵਨ ਨੂੰ ਸਮਝਣਾ ਦੁਨੀਆਂ ਨੂੰ ਸਮਝਣਾ, ਇੱਕ ਇੱਕ ਜੀਵਨ ਮਿਲ ਕੇ ਦੁਨੀਆਂ ਬਣਦੇ ਗਈ। ਬਹੁਤ ਸਾਰੇ ਜੀਵਨ ਮਿਲ ਜਾਣ ਦੁਨੀਆਂ ਬਣ ਜਾਂਦੀ। ਮਨੁੱਖ ਦੇ 10-20-50 ਦੋਸਤ ਹੋਣ, ਉਹ ਕਹਿੰਦਾ ਮੇਰੀ ਦੁਨੀਆਂ ਬੜੀ ਵੱਡੀ ਹੈ। ਕੁਝ ਜੀਵਨਾਂ ਦਾ ਇਕੱਠ ਹੀ ਤਾਂ ਦੁਨੀਆਂ ਹੈ। ਇਸ ਲਈ ਜੇ ਦੁਨੀਆਂ ਬਦਲਦੀ ਹੈ ਤਾਂ ਵਿਸ਼ਵਾਸ ਕਰ ਜੀਵਨ ਬਦਲਦਾ ਹੈ, ਤੇ ਜੀਵਨ ਬਦਲਿਆ ਹੋਇਆ ਤੇਰੀ ਸਫਲਤਾ ਤੈਨੂੰ ਇਸ ਗੱਲ ਵਿੱਚ ਸਿਖਾਉਂਦਾ ਤੂੰ ਆਪਣੇ ਆਪ ਨੂੰ। ਜੇ ਤੂੰ ਬਚਪਨ ਵਾਲੇ ਜਾਂ ਜਵਾਨੀ ਵਾਲੇ ਕੱਪੜੇ ਪਹਿਨਣਾ ਚਾਹੇ ਤਦ ਵੀ ਲੋਕ ਕਹਿਣਗੇ ਨੇ, ਤੈਨੂੰ ਪਹਿਰਾਵਾ ਵੀ ਬਦਲਣਾ ਪਏਗਾ, ਤੇਰੀ ਖੁਰਾਕ ਬਦਲ ਜਾਣੀ ਹੈ, ਸਭ ਕੁਝ ਤਾਂ ਬਦਲ ਜਾਣਾ। ਜੇ ਤੂੰ ਨਹੀਂ ਬਦਲੇਗਾ, ਜਵਾਨੀ ਵਾਲੀ ਬਚਪਨ ਵਾਲੀ ਖੁਰਾਕ ਖਾਣ ਦੀ ਕੋਸ਼ਿਸ਼ ਕਰੇਗਾ, ਕੋਈ ਨਾ ਕੋਈ ਬਿਮਾਰੀ ਪੈਦਾ ਹੋ ਜਾਏਗੀ। ਡਾਕਟਰ ਕੋਲ ਜਾਏਗਾ ਉਹ ਉਮਰ ਦੇ ਮੁਤਾਬਕ, ਉਹਦੇ ਮੁਤਾਬਕ ਤੁਹਾਡੀ ਡੋਜ ਨਿਸ਼ਚਿਤ ਕਰਦੇ ਨੇ, ਉਹਦੇ ਮੁਤਾਬਕ ਤੁਹਾਡੀ ਦਵਾਈ ਨਿਸ਼ਚਿਤ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਉਂ ਜਿਉਂ ਉਮਰ ਬਦਲਣੀ ਹੈ ਤਿਉਂ ਤਿਉਂ ਸਭ ਕੁਛ ਬਦਲ। ਇੱਕ ਗੱਲ ਸਮਝ ਲੈਣੀ, ਜੀਵਨ ਦੀ ਸਫਲਤਾ ਕੋਈ ਹੱਦ ਨਹੀਂ, ਜਵਾਨੀ ਵਿੱਚੋਂ ਬੁਢੇਪੇ ਨੇ ਜਨਮ ਲੈਣਾ ਹੀ ਸੀ, ਲੈਣਾ ਹੀ ਹੈ, ਸਿਰਫ ਉਹਦੇ ਬਦਲਾਓ ਨੂੰ ਸਮਝ, ਹੋਰ ਕੋਈ ਗੱਲ ਨਹੀਂ। ਸਫਲਤਾ ਜਵਾਨੀ ਵਿੱਚੋਂ ਬੁਢੇਪੇ ਨੇ ਜਨਮ ਲੈਣਾ। ਦੁਨੀਆਂ ਦੀ ਹਰ ਇੱਕ ਚੀਜ਼ ਦੀ ਚਮਕ ਜਿਹੜੀ ਹੈ ਉਹਦੇ ਪਿੱਛੇ ਕੋਈ ਧੂਆ ਖੜਾ, ਲਾਟ ਦੇ ਪਿੱਛੇ ਕੋਈ ਕਾਗਖ ਖੜੀ, ਕੋਈ ਧੂਆਂ ਖੜਾ, ਸਿਰਫ ਤੈਨੂੰ ਪਛਾਣ ਹੋਣੀ ਚਾਹੀਦੀ। ਸਭ ਇਸ ਬਦਲਾਓ ਨੂੰ ਤੂੰ ਰੋਕ ਨਹੀਂ ਸਕਦਾ, ਕਦੇ ਕਿਸੇ ਨੇ ਰੋਕਿਆ ਨਹੀਂ। ਗੁਰੂ ਨੇ ਵੀ ਬਾਣੀ ਚੱਕ ਦਿੱਤਾ, ਕਹਿਣ ਲੱਗੇ ਬਾਲ ਜਵਾਨੀ ਔਰ ਬਿਰਧ ਫੁਣ, ਤਿੰਨ ਅਵਸਥਾ ਜਾਣ ਜ਼ਿੰਦਗੀ ਦੇ, ਤਿੰਨ ਪੜਾਅ ਨੇ, ਹਰ ਪੜਾਅ ਵਿੱਚ ਤੂੰ ਸਫ਼ਰ ਕਰਨਾ, ਸਫ਼ਰ ਕਰਨ ਲੱਗੇ ਹਰ ਪੜਾਅ ਦੇ ਮੁਤਾਬਕ ਹੀ ਤੈਨੂੰ ਸਮਾਨ ਚੁੱਕਣਾ ਪੈਣਾ। ਬੁਢੇਪੇ ਵਿੱਚ ਜੇ ਕੋਈ ਆਖੇ ਮੈਂ ਚਾਰ ਪੈਚੀ ਲੈ ਕੇ ਤੁਰ ਪਵਾਂ, ਬੜਾ ਔਖਾ ਔਖਾ, ਨਾ ਮੈਂ ਹੁਣ ਸਮਾਨ ਕਢਾਵਾਂ, ਸਭ ਕੁਛ ਬਦਲ ਜਾਣਾ। ਬਸ ਇੱਕੋ ਗੱਲ ਸਮਝ ਲੈ, ਉਹ ਇਹ ਕਿ ਹੁਣ ਬਦਲਾਓ ਦਾ ਸਮਾਂ ਆ ਗਿਆ,
बस और कोई गल नहीं। जीवन की सफलता इस विच है, जीवन की सफलता भी दुनिया को समझना भी हो है। दुनिया बदलती है, बदलाव का नाम है उनके विच बदलते हुए संसार को समझ के अपने जीवन में बदलाव को संभाल लेना। मैं कई बार अर्ज करता, कई लोग ये आखते हैं कि बुढ़े आदमी लालची ज्यादा हो जाते हैं। एग्जाम्पल देना चाहता, कई लोग बुढ़ापे में लालच बन जाता है। बिल्कुल गलत जो ये इल्जाम न लाया, बुढ़े आदमी च लालच नहीं बनता। असल कारण की होंगे, जवानी में उनके को कमाने की शक्ति होंगी, वह कहता गुआ लिया तो चलो फिर कमाल बन गया, इसलिए वह कमा भी है गुआ परवाह नहीं करता। जवानी कहने कमाया गुआ लिया फिर तो हो गुआ जाना उनके को घर के उलां पाते कहते मैं अपनी कमाई की है ना तू भी कहना कमाया गुआ। पर बुढ़ापे में बदलाव की आता, उन्होंने पता होंगे कि मैं हूँ कमान योगा तो है नहीं आने वाला घट, इसलिए मैं हूँ संभालना शुरू करा। फिर वह गुआना नहीं चाहता, सिर्फ फर्क इन्ना जिन्होंने असं लालच कह दें। बुढ़ापे में मनुख क्योंकि कमान की शक्ति घट जाती है, इसलिए उस कमाई को संभालने लग पैंदा। पता नहीं बुढ़ापा कहोजा है, आ संभाल लवो एवं खराब ना करो एवं गुआ ना लव, तो वह जो गुआचन तो संभालना है ना वनू असी नाम दे दें लालची हो गई नहीं वह संभाल। यह बदले हुए समय न हर एक चीज का बदलाव ही समझना है, इसे का ना दुनिया है। गुरु ने भी वो गल आखी, कह लगे मेरी चमक ना देख जवानी की, इनके बुढ़ापा छुपया हुआ है। तो कह लगी शुरू होता है। सिर्फ सफलता हर पंथ में है, ऐसी गल कोई नहीं, घबराना नहीं अगले पंथ तो। सफलता हर सिर्फ फर्क है बदलाव, बदलाव
पोटली छोटी हो जाए बन उठाई पोटली किथे बन जाएगा पोटली छोटी हो जाए बोल बदल जाए तोर बदल जाए संभाल बदल जाए बस ये सारिया चीजा जीवन के अगले पंध नूं सफल बना दिंदियां ने फिर इस दुनिया में रहने का स्वाद आउंदा इन्हें शब्दों ने रफी माता जा चुका अजय ये टॉपिक चलना है कारण की होर अगे मिल जाता है बहुत कुछ मिल मैं कहना फिर चंगी गल है असी दुनिया में रहने दुनिया ही समझ लीजिए दुनिया ही समझ लीजिए इसलिए हो सकता है आप एक दो हफ्ते होर इसे नानक दुनिया से असी हो ही लाइए गुरु बख्शिश करे इन्हें शब्दों ने रफी माता जा चुका फतेह बुलाओ वाहेगुरु जी का खालसा वाहेगुरु जी की फतेह।